ਸ਼ੁਰੂਆਤ ਹੀ ਉਹਨਾਂ ਨੇ ਕੀਤੀ ਸੀ ਤਾਂ ਹੀ ਤਾਂ ਮੈਂ ਗਾਲਾਂ ਕੱਢੀਆਂ। ਹਾਂਜੀ, ਨਹੀਂ ਤਾਂ ਮੈਂ ਦਿਮਾਗ ਪਾਗਲ ਥੋੜ੍ਹੀ ਹਾਂ, ਮੈਂ ਗਾਲਾਂ ਕੱਢ ਦੂੰਗੀ ਕਿਸੇ ਨੂੰ। ਉਹ ਕੀ ਕੀਤਾ, ਦੂਜੇ ਮੁੰਡੇ ਨੇ ਪਿੱਛੋਂ ਲਿਆ ਕੇ ਗਲਾਸ ਮਾਰਿਆ ਜੋ ਕਿ ਮੇਰੇ ਨਹੀਂ ਲੱਗਿਆ। ਉਸ ਤੋਂ ਬਾਅਦ ਮੇਰੀਆਂ ਬਾਹਾਂ ਵਗੈਰਾ ਖਿੱਚੀਆਂ ਅਤੇ ਫਿਰ ਮੈਂ ਉਹਨਾਂ ਨੂੰ ਗਾਲਾਂ ਵਗੈਰਾ ਜੋ ਕੱਢੀਆਂ ਨੇ। ਇਸ ਲਾਈਨ ਦੇ ਵਿੱਚ ਕੋਈ ਕਿਸੇ ਨਾਲ ਨਹੀਂ ਖੜਦਾ ਹੈਗਾ। ਜਦੋਂ ਕੁੜੀ ਦੀ ਏਜ ਢਲ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਕਹਿ ਦਿੰਦੇ ਹੁਣ ਨਹੀਂ ਚੱਲਦੀ ਹੈਗੀ ਇਹ। ਜਿਹੜੇ ਗੰਦੇ ਲੋਕ ਨੇ, ਜਿਹੜੇ ਰਾਕਸ਼ਸ ਲੋਕ ਨੇ ਹੈਗੇ, ਉਹ ਕਿਤੇ ਵੀ ਤੁਹਾਨੂੰ ਟੱਕਰ ਸਕਦੇ ਆ। ਲੁਧਿਆਣਾ ਵਿੱਚ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮਹਿਲਾ ਆਰਕੈਸਟਰਾ ਵੱਲੋਂ ਗਾਲਾਂ ਕੱਢੀਆਂ ਜਾ ਰਹੀਆਂ ਨੇ। ਭੱਦੀ ਸ਼ਬਦਾਵਲੀ ਜਿਹੜੀ ਹੈ ਵਰਤੀ ਗਈ ਹੈ, ਜਿਸ ਨੂੰ ਲੈ ਕੇ ਹੁਣ ਵਿਵਾਦ ਖੜ੍ਹਾ ਹੋ ਚੁੱਕਾ ਹੈ। ਵੀਡੀਓ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਪਰ ਇਸ ਦੇ ਪਿੱਛੇ ਕੀ ਕਾਰਨ ਸੀ, ਕਿਉਂ ਮਹਿਲਾ ਨੂੰ ਅਜਿਹੀ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਪਿਆ? ਸਾਡੇ ਨਾਲ ਮਹਿਲਾ ਐਕਟਰ ਮੌਜੂਦ ਨੇ, ਉਹ ਜਿਨ੍ਹਾਂ ਵੱਲੋਂ ਜਿਹੜੀ ਅਜਿਹੀ ਸ਼ਬਦਾਵਲੀ ਵਰਤੀ ਗਈ ਹੈ, ਗੱਲਬਾਤ ਕਰ ਲੈਂਦੇ ਹਾਂ। ਕੀ ਕਾਰਨ ਨੇ, ਕਿਉਂ ਜਿਹੜੀ ਅਜਿਹੀ ਸ਼ਬਦਾਵਲੀ ਵਰਤੀ ਗਈ ਹੈ? ਕੰਮ ਚੱਲਣ ਦਿਓ, ਇੱਦਾਂ ਉੱਦਾਂ, ਹੈ ਨਾ, ਟਾਈਮ ਅਪ ਹੋ ਗਿਆ ਸੀ। ਉਹਦੇ ਬਾਵਜੂਦ ਵੀ ਅਸੀਂ ਉਹਨਾਂ ਦੀ ਸੇਵਾ ਲਈ ਫਿਰ ਵੀ ਖੜੇ ਸੀਗੇ ਕਿ ਚਲੋ ਉਹਨਾਂ ਨੇ ਸਾਨੂੰ ਪੇਮੈਂਟ ਦਿੱਤੀ ਹੈ ਅਤੇ ਆਪਾਂ ਖੜੇ ਹਾਂ। ਅਤੇ ਫਿਰ ਉਹ ਮੈਨੂੰ ਕਹਿੰਦੇ ਕਿ ਸਟੇਜ 'ਤੇ ਨੀਚੇ ਆ ਕੇ ਤੂੰ ਡਾਂਸ ਕਰ। ਮੈਂ ਕਿਹਾ ਕਿ ਮੈਂ ਡਾਂਸ ਨੀਚੇ ਆ ਕੇ ਨਹੀਂ ਕਰਨਾ ਹੈਗਾ, ਠੀਕ ਹੈ। ਫਿਰ ਮੈਨੂੰ ਕਹਿੰਦੇ ਤੂੰ ਵਾਪਸ ਜਾ, ਠੀਕ ਹੈ। ਮੈਂ ਉਸ ਟਾਈਮ ਵਾਪਸ ਚਲੀ ਗਈ, ਠੀਕ ਹੈ। ਫਿਰ ਮੈਨੂੰ ਜਿਹੜੇ ਮੇਰੇ ਡੀ ਜੇ ਵਾਲੇ ਆ ਉਹਨਾਂ ਨੇ ਭੇਜਿਆ, ਕਹਿੰਦੇ ਕਿ ਉਹ ਤੈਨੂੰ ਬੁਲਾ ਰਹੇ ਨੇ। ਮੈਂ ਗਈ ਹਾਂ ਵਾਪਸ, ਜਾ ਕੇ ਉਹ ਮੈਨੂੰ ਫਿਰ ਕਹਿੰਦੇ ਨੇ ਨੀਚੇ ਆ, ਠੀਕ ਆ। ਅਤੇ ਮੈਂ ਕਿਹਾ ਨੀਚੇ ਨਹੀਂ ਆਉਣਾ। ਮੈਂ ਮਾਈਕ ਫੜਿਆ, ਮੈਂ ਕਿਹਾ ਕਿ ਦੇਖੋ ਕਿ ਇੰਜੋਏ ਕਰੋ ਆਪਣਾ ਆਰਾਮ ਨਾਲ, ਠੀਕ ਆ ਨਾ। ਇੱਦਾਂ ਇਹੋ ਜਿਹੀ ਹਰਕਤਾਂ ਨਾ ਕਰੋ, ਇਹੋ ਜਿਹੀ ਇਹ ਨਾ ਫੀਲ ਕਰੋ ਕਿ ਮੈਂ ਸਾਹਮਣੇ ਕੁੜੀ ਖੜੀ ਹਾਂ, ਤੁਸੀਂ ਮੁੰਡੇ ਹੋ ਜਾਂ ਕੁਛ, ਇਹੋ ਜਿਹੀ। ਮੈਂ ਕਿਹਾ ਇਨਸਾਨਾਂ ਵਾਂਗੂ ਹਰਕਤਾਂ ਕਰੋ ਨਾ, ਵੀ ਆਰ ਹਿਊਮਨਸ। ਅਤੇ ਫਿਰ ਉਹ ਕਹਿੰਦੀ, ਫਿਰ ਉਹ ਕਹਿੰਦੇ ਆ ਕਿ ਜਾ, ਫਿਰ ਤੂੰ ਵਾਪਸ ਜਾ। ਫਿਰ ਮੈਨੂੰ ਲੱਗਿਆ ਕਿ ਮੈਂ ਪਾਗਲ ਥੋੜ੍ਹੀ, ਉਹ ਭੇਜੀ ਜਾਂਦੇ ਆ ਅਤੇ ਕਦੀ ਵਾਪਸ ਜਾ, ਅੰਦਰ ਜਾ, ਹੈ ਨਾ। ਅਤੇ ਫਿਰ ਮੈਂ ਉੱਥੇ ਖੜ ਗਈ, ਮੈਂ ਕਿਹਾ ਮੈਂ ਨਹੀਂ ਜਾਣਾ ਹੈਗਾ ਵਾਪਸ, ਠੀਕ ਹੈ। ਹਾਂ, ਮੈਂ ਉੱਥੇ ਅੜ ਗਈ, ਮੈਂ ਕਿਹਾ ਮੈਂ ਵਾਪਸ ਨਹੀਂ ਜਾਣਾ ਹੈਗਾ। ਫਿਰ ਉਹ ਕੀ ਕੀਤਾ, ਦੂਜੇ ਮੁੰਡੇ ਨੇ ਪਿੱਛੋਂ ਲਿਆ ਕੇ ਗਲਾਸ ਮਾਰਿਆ ਜੋ ਕਿ ਮੇਰੇ ਨਹੀਂ ਲੱਗਿਆ। ਉਸ ਤੋਂ ਬਾਅਦ ਮੇਰੀਆਂ ਬਾਹਾਂ ਵਗੈਰਾ ਖਿੱਚੀਆਂ ਅਤੇ ਫਿਰ ਮੈਂ ਉਹਨਾਂ ਨੂੰ ਗਾਲਾਂ ਵਗੈਰਾ ਜੋ ਕੱਢੀਆਂ ਨੇ, ਉਹੀ ਸੀਗਾ ਮਾਮਲਾ। ਉਹਨਾਂ ਕੁੜੀਆਂ ਵੀ ਕੋਈ ਅਜਿਹੀ ਜਿਹੜੀ ਹੈ ਗੱਲਬਾਤ ਕੀਤੀ ਹੈ? ਹਾਂਜੀ ਬਿਲਕੁਲ, ਉਹਨਾਂ ਨੇ ਸ਼ੁਰੂਆਤ ਹੀ ਉਹਨਾਂ ਨੇ ਕੀਤੀ ਸੀ ਤਾਂ ਹੀ ਤਾਂ ਮੈਂ ਗਾਲਾਂ ਕੱਢੀਆਂ। ਹਾਂਜੀ, ਨਹੀਂ ਤਾਂ ਮੈਂ ਦਿਮਾਗ ਪਾਗਲ ਥੋੜ੍ਹੀ, ਮੈਂ ਗਾਲਾਂ ਕੱਢ ਦੂੰਗੀ ਕਿਸੇ ਨੂੰ ਵੀ। ਅੱਛਾ, ਉੱਥੇ ਜਦੋਂ ਸਾਰਾ ਇੰਸੀਡੈਂਟ ਵਾਪਰ ਜਾਂਦਾ ਤਾਂ ਕੀ ਤੁਹਾਡੇ ਜਿਹੜੇ ਤੁਹਾਡੇ ਨਾਲ ਗਏ ਸੀਗੇ ਪਰਫਾਰਮੈਂਸ ਕਰਨ ਵਾਸਤੇ ਜਾਂ ਫਿਰ ਜਿਹੜੇ ਔਰਗਨਾਈਜ਼ਰ ਸੀਗੇ ਤੁਹਾਡੇ ਹੱਕ 'ਚ ਖੜੇ, ਕੋਈ ਗੱਲਬਾਤ ਉੱਥੇ? ਨਹੀਂ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਿਮਰ ਤੂੰ ਚੁੱਪ ਕਰ ਜਾ, ਅਸੀਂ ਪੇਮੈਂਟ ਲੈਣੀ ਆ। ਸਿਮਰ ਤੂੰ ਚੁੱਪ ਕਰ ਜਾ। ਅਤੇ ਉਹ ਇਸ ਲਾਈਨ ਦੇ ਵਿੱਚ ਕੋਈ ਕਿਸੇ ਨਾਲ ਨਹੀਂ ਖੜਦਾ ਹੈਗਾ। ਜਦੋਂ ਕੁੜੀ ਦੀ ਏਜ ਢਲ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਕਹਿ ਦਿੰਦੇ ਹੁਣ ਨਹੀਂ ਚੱਲਦੀ ਹੈਗੀ ਇਹ। ਅਤੇ ਇੱਥੇ ਕੋਈ ਨਹੀਂ ਖੜਦਾ ਹੈਗਾ, ਇਸ ਲਾਈਨ ਦੇ ਵਿੱਚ ਕਿਸੇ ਨਾਲ ਨਹੀਂ ਖੜਦਾ ਹੈਗਾ, ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਨਹੀਂ ਖੜਦਾ ਕਿਸੇ ਨਾਲ। ਅਤੇ ਹੁਣ ਤੁਸੀਂ ਉਸ ਤੋਂ ਬਾਅਦ ਕੀ ਐਕਸ਼ਨ ਲਿਆ, ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜੀ? ਕੰਪਲੇਂਟ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜੀ। ਕੱਲ੍ਹ ਮੈਂ ਸ਼ਾਮੀ ਕੰਪਲੇਂਟ ਕੀਤੀ ਸੀਗੀ। ਇਹ ਐਸ ਆਈ ਸਾਹਿਬ ਕਹਿੰਦੇ ਸੀਗੇ, ਉਹਨਾਂ ਨੇ ਦਰਖਾਸਤ ਲਿਖ ਲਈ ਸੀਗੀ, ਉਹਦੀ ਕਾਪੀ ਮੇਰੇ ਕੋਲ ਪਈ ਆ। ਅਤੇ ਉਹ ਕਹਿ ਰਹੇ ਨੇ ਕਿ ਅਸੀਂ ਰਜਿਸਟਰ ਕਰਤੀ ਹੋਈ ਆ ਜਾਂ ਇੱਦਾਂ ਉੱਦਾਂ, ਤੁਸੀਂ ਟੈਨਸ਼ਨ ਨਾ ਲਓ। ਦੋ ਤਿੰਨ ਦਿਨ ਹਲੇ ਇਲੈਕਸ਼ਨ 'ਚ ਸਾਡੇ ਵੱਡੇ ਸਾਹਿਬ ਗਏ ਹੋਏ ਨੇ ਅਤੇ ਉਹ ਵਾਪਸ ਆਉਣਗੇ ਅਤੇ ਫਿਰ ਆਪਾਂ ਕਾਰਵਾਈ ਸ਼ੁਰੂ ਕਰਾਂਗੇ। ਲੱਗਦਾ ਕਿ ਮਹਿਲਾਵਾਂ ਨੂੰ ਕਾਫੀ ਔਖਾ ਵਾ ਕਿਤੇ ਵੀ ਕਿਸੇ ਵੀ ਪਾਸੇ ਜਾ ਕੇ ਕੰਮ ਕਾਰ ਕਰਨਾ, ਚਾਹੇ ਕੋਈ ਵੀ ਲਾਈਨ ਹੋਵੇ, ਤੁਹਾਡੇ ਵਾਲੀ ਲਾਈਨ ਦੇ ਵਿੱਚ ਤਾਂ ਹੋਰ ਜ਼ਿਆਦਾ ਔਖਾ। ਬਿਲਕੁਲ ਬਿਲਕੁਲ, ਮਹਿਲਾਵਾਂ ਇਹ ਨਹੀਂ ਹੈ ਕਿ ਮੈਂ ਡਾਂਸ ਕਰ ਰਹੀ ਹਾਂ ਤਾਂ ਹੀ ਮੈਨੂੰ ਪ੍ਰੋਬਲਮ ਆ। ਮਤਲਬ ਜਿੱਥੇ ਵੀ ਕਿਤੇ ਕੁੜੀਆਂ ਕੰਮ ਕਰ ਰਹੀਆਂ, ਚਾਹੇ ਉਹ ਟੂਲ ਟੈਕਸ 'ਤੇ ਲੱਗੀਆਂ, ਚਾਹੇ ਉਹਨਾਂ ਨੂੰ ਵੀ ਕਈ ਚੀਜ਼ਾਂ ਝੱਲਣੀਆਂ ਪੈਂਦੀਆਂ ਰਸਤੇ ਦੇ ਵਿੱਚ ਗੱਡੀਆਂ। ਕਈ ਵਾਰ ਤੁਸੀਂ ਸੁਣਿਆ ਹੋਣਾ ਟੂਲ ਟੈਕਸਾਂ 'ਤੇ ਵੀ ਲੜਾਈਆਂ ਹੁੰਦੀਆਂ, ਹੈ ਨਾ, ਜਾਂ ਕੁਛ ਹੁੰਦਾ। ਅਤੇ ਉਹ ਮਹਿਲਾਵਾਂ ਜਿਹੜੀਆਂ ਨਾ, ਕਿਤੇ ਵੀ ਜਿਹੜੇ ਗੰਦੇ ਲੋਕ ਨੇ, ਜਿਹੜੇ ਰਾਕਸ਼ਸ ਲੋਕ ਨੇ ਹੈਗੇ, ਉਹ ਕਿਤੇ ਵੀ ਤੁਹਾਨੂੰ ਟੱਕਰ ਸਕਦੇ ਆ, ਠੀਕ ਹੈ ਨਾ। ਉਹਦੇ ਵਾਸਤੇ ਜੇ ਤੁਸੀਂ ਕਹਿ ਦਿਓ ਕਿ ਕੱਲ੍ਹ ਅਚਾਨਕ ਚੰਡੀ ਆਈ ਸੀ, ਤਾਂ ਉਹ ਕਈ ਕਈ ਵਾਰ ਬੰਦਾ ਨਾ
ਭਰਿਆ ਹੁੰਦਾ ਕਿ ਯਾਰ ਰੋਜ਼ ਦੇਖਦੇ ਹਾਂ, ਰੋਜ਼ ਦੇਖਦੇ ਹਾਂ। ਮਤਲਬ ਕਈ ਲੋਕ ਇੰਨੇ ਇੱਜ਼ਤ ਕਰਦੇ, ਇੰਨਾ ਪਿਆਰ ਸਤਿਕਾਰ ਕਰਦੇ, ਹੈ ਨਾ, ਸਾਡਾ ਰੁਤਬਾ ਉੱਚਾ ਕਰਦੇ ਨੇ, ਸਾਨੂੰ ਬਹੁਤ ਪਿਆਰ ਕਰਦੇ ਨੇ, ਫਿਰ ਜਦੋਂ ਅਚਾਨਕ ਕੋਈ ਇਹੋ ਜਿਹੇ ਲੋਕ ਮਿਲ ਜਾਂਦੇ ਨੇ ਫਿਰ ਉਹ ਬਰਦਾਸ਼ਤ ਨਹੀਂ ਹੁੰਦੇ ਸਾਡੇ ਤੋਂ, ਠੀਕ ਆ। ਕਿਉਂ? ਕਿਉਂਕਿ ਅਸੀਂ ਤਾਂ ਕੁਛ ਕਹਿ ਹੀ ਨਹੀਂ ਰਹੇ ਉਹਨਾਂ ਨੂੰ, ਅਸੀਂ ਨੱਚ, ਤੁਸੀਂ ਜਿੱਦਾਂ ਕਹਿ ਰਹੇ ਅੰਦਰ ਜਾ, ਅੰਦਰ ਚਲ ਗਈ ਹਾਂ, ਬਾਹਰ ਆ, ਫਿਰ ਇੱਕ ਵਾਰੀ ਬੰਦੇ ਨੂੰ ਇਹ ਨਹੀਂ ਲੱਗਦਾ ਕਿ ਲੈ ਹੁਣ ਹੱਦ ਹੀ ਹੋ ਗਈ ਇਹਨਾਂ ਦੀ ਤਾਂ, ਹੁਣ ਡਿਸਰਿਸਪੈਕਟ ਕਰਨ 'ਤੇ ਆ ਗਏ ਨੇ। ਅਤੇ ਫਿਰ ਮੈਂ ਆਪਣੀ ਸੈਲਫ ਰਿਸਪੈਕਟ ਲਈ ਖੜੀ ਰਹੀ ਉੱਥੇ, ਅਤੇ ਆਹ ਚੀਜ਼ ਹੋਈ ਸੀਗੀ। ਮਹਿਲਾਵਾਂ ਲਈ ਮੈਂ ਇਹ ਕਹੂੰਗੀ ਕਿ ਜਿੱਦਾਂ ਹੁਣ ਕਈ ਲੋਕ ਮਹਿਲਾਵਾਂ ਵੀ ਡਾਂਸਰਾਂ ਨੂੰ ਗਲਤ ਕਹਿੰਦੀਆਂ ਨੇ, ਵਿੱਚ ਕੁਛ ਮਹਿਲਾਵਾਂ ਜਿਹੜੀਆਂ ਨੇ ਉਹ ਡਾਂਸਰਾਂ ਨੂੰ ਗਲਤ ਕਿਉਂ ਕਹਿੰਦੀਆਂ, ਲੈ ਇਹਨਾਂ ਕੋਲ ਕੋਈ ਹੋਰ ਕੰਮ ਹੈ ਨਹੀਂ, ਇਹ ਹੋਰ ਨਹੀਂ ਕੰਮ ਕਰ ਸਕਦੀਆਂ, ਇਹਨਾਂ ਨੇ ਲੱਛਰਤਾ ਹੀ ਕਰਨੀ ਆ, ਇਹਨਾਂ ਨੇ ਗਾਂਧੀ। ਨਹੀਂ ਯਾਰ, ਜਿੱਦਾਂ ਤੁਸੀਂ ਘਰੇ ਬੈਠੀਆਂ ਜੇ ਹਾਊਸ ਵਾਈਫ ਜੇ, ਜਿੱਦਾਂ ਕੋਈ ਕੁੜੀਆਂ ਡਾਕਟਰਸ ਨੇ, ਜਿੱਦਾਂ ਕੋਈ ਕੁੜੀਆਂ ਕੰਮ, ਉੱਦਾਂ ਹੀ ਮੈਂ ਡਾਂਸਰ ਹਾਂ। ਇਹ ਨਹੀਂ ਆ ਕਿ ਮੈਂ ਕੋਈ ਡਾਂਸਰ, ਕੀ ਮਤਲਬ ਤੁਸੀਂ ਕੀ ਸਮਝਦੇ ਹੋ ਡਾਂਸਰ ਨੂੰ, ਕਿ ਉਹ ਕੋਈ ਪ੍ਰੋਸਟੀਟਿਊਟ ਹੈ, ਤੁਸੀਂ ਇਹ ਸਮਝਦੇ ਹੋ? ਕਈ ਲੇਡੀਜ਼ ਵੀ ਆ ਕੇ ਮਤਲਬ ਇੱਦਾਂ ਕਰਦੀਆਂ ਨੇ। ਡਾਂਸਰ 'ਚ ਅਤੇ ਕਾਲ ਗਰਲ 'ਚ ਫਰਕ ਹੁੰਦਾ ਵਾ। ਬਸ ਮੈਂ ਇੱਕ ਇੰਨਾ ਜਿਹਾ ਮੈਸੇਜ ਮਹਿਲਾਵਾਂ ਨੂੰ ਅਤੇ ਬੰਦਿਆਂ ਨੂੰ ਦੇਣਾ ਚਾਹਾਂਗੀ ਕਿ ਬਈ ਥੋੜ੍ਹਾ ਸਮਝੋ ਇਸ ਚੀਜ਼ ਨੂੰ। ਪ੍ਰਸ਼ਾਸਨ ਨੂੰ ਕੀ ਅਪੀਲ ਆ ਸਾਰਿਆਂ ਨੂੰ ਲੈ ਕੇ ਵੀ, ਪ੍ਰਸ਼ਾਸਨ ਕਿਸ ਤਰ੍ਹਾਂ ਦਾ ਇਨਸਾਫ ਜਿਹੜਾ ਤੁਸੀਂ ਮੰਗ ਕਰਦੇ? ਪ੍ਰਸ਼ਾਸਨ ਤੋਂ ਮੈਂ ਇਹ ਇਨਸਾਫ ਮੰਗਦੀ ਹਾਂ, ਜਿਹੜੇ ਬੰਦੇ ਨੇ ਮੇਰੀ ਡਿਸਰਿਸਪੈਕਟ ਕੀਤੀ ਆ ਉਹਦੇ 'ਤੇ ਮੈਂ ਮਾਨਹਾਨੀ ਦਾ ਕੇਸ ਕਰਨਾ ਆ, ਮੈਂ ਉਹਦੇ 'ਤੇ ਕੇਸ ਕਰਨਾ ਚਾਹੁੰਦੀ ਜੀ। ਬਿਲਕੁਲ, ਇਹ ਸਨ ਸਿਮਰ ਸੰਧੂ ਜਿਨ੍ਹਾਂ ਨੇ ਸਾਫ਼ ਸਾਫ਼ ਕਿਹਾ ਕਿ ਉਹਨਾਂ ਦੇ ਨਾਲ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਫਿਰ ਉਹਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ, ਜਿਸ ਤੋਂ ਬਾਅਦ ਵਿੱਚ ਕਿਤੇ ਨਾ ਕਿਤੇ ਤੈਸ਼ ਵਿੱਚ ਆ ਕੇ ਉਹਨਾਂ ਨੇ ਗਾਲਾਂ ਵੀ ਕੱਢੀਆਂ, ਉਹ ਖੁਦ ਮੰਨਦੇ ਨੇ, ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਉਹਨਾਂ ਦੇ ਉੱਪਰ ਜਿਹੜਾ ਦਾਰੂ ਨਾਲ ਭਰਿਆ ਗਲਾਸ ਸੁੱਟਿਆ ਗਿਆ, ਜਿਸ ਤੋਂ ਬਾਅਦ ਵਿੱਚ ਉਹਨਾਂ ਨੂੰ ਗੁੱਸਾ ਆਇਆ ਅਤੇ ਉਹਨਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਇੱਕ ਕੰਪਲੇਂਟ ਵੀ ਉਹਨਾਂ ਨੇ ਸੰਬੰਧਿਤ ਥਾਣੇ ਦੇ ਵਿੱਚ ਦਰਜ ਕਰਵਾਈ ਹੈ। ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ।